वाहेगुरु जी का खालसा वाहेगुरु जी की फतेह। जिवे आप सब नु पता ही है, 6 महीने हो गए किसान दिल्ली धरना लाई बैठे हैं। किसान मजदूर ते सरकारां दे कन्ना ते जू नहीं सरकदी कि काले कसून कानून वापस नहीं लैंदी। असी सरकार नु ए ताड़ना करदे आ सख्त कि काले कानून छेती तो छेती वापस लो, इस तरह किसानां नु वापस ना मोड़िया जावे, नहीं ये दे नतीजे गंभीर निकलणगे। असी फिर दोबारा कहने कि काले कानून वापस होने चाहिए आ। सारे पंजाब दे विच किसान मजदूर का सारे समाज का समाज इस वर खिलाफ है, जो लोगों के हकों से डाका है। असी बस साढ़े यही इना ही कहना सी, वाहेगुरू जी का खालसा वाहेगुरू जी। जेडे जी पुतले फूके गए, कि पुतला फूकया गया? ये मोदी का पुतला फूकया गया जी, जो साढ़े
ਲੋਕਾਂ ਦਾ ਹੱਕਾਂ ਤੇ ਡਾਕਾ ਮਾਰਦਾ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨਦਾ ਤੇ ਲੋਕ ਰੋਸ ਕਰ ਰਹੇ ਹਨ ਸਾਰੇ ਇੰਡੀਆ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਉਹ ਮੋਦੀ ਸਰਕਾਰ ਨੇ ਕਾਨੂੰਨ ਬਣਾਇਆ ਨਾ ਕਾਲੇ ਇਹਨਾਂ ਦੇ ਰੋਸ ਵਜੋਂ ਅੱਜ ਰਾਜਵਾਣਾ ਖੁਰਦ ਦੇ ਵਿੱਚ ਕਿਸਾਨ ਯੂਨੀਅਨ ਵੱਲੋਂ ਪੁਤਲਾ ਫੂਕਿਆ ਗਿਆ ਵਾ ਕਿਉਂਕਿ ਜਿੰਨਾ ਚਿਰ ਇਹ ਕਿਸਾਨਾਂ ਦੇ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਕਿਸਾਨ ਦਿੱਲੀ ਤੋਂ ਝਾਨਾ ਨਹੀਂ ਚੱਕਣਗੇ ਸਾਡੀ ਇਹੀ ਬੇਨਤੀ ਆ ਸਾਰੇ ਕਿਸਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਮੇਰੇ ਵੀਰਾਂ ਦਾ ਜਿਹੜੇ ਉੱਥੇ ਬੈਠੇ ਆ ਉਹਨਾਂ ਦਾ ਘਰੋਂ ਬੈਠੇ ਵੀ ਸਹਿਯੋਗ ਦਿਓ ਵੱਧ ਤੋਂ ਵੱਧ ਕਾਲੇ ਝੰਡੇ ਲਾ ਕੇ ਘਰਾਂ ਦੇ ਉੱਤੇ ਅੱਜ ਦਾ ਦਿਨ ਪੂਰਾ ਰੋਸ ਮਾਰਚ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਵਿਊ ਚੈਨਲ ਮੈਂ ਗੁਰਜੰਟ ਸਿੰਘ ਨੱਤ ਪਿੰਡ ਰਾਜੋਣਾ ਖੁਰਦ ਪਹੁੰਚਿਆ ਅੱਜ ਪਿੰਡ ਰਾਜੋਣਾ ਖੁਰਦ ਦੇ ਵਿੱਚ ਕਿਸਾਨਾਂ ਦੇ ਵੱਲੋਂ 6 ਮਹੀਨੇ ਹੋ ਗਏ ਸੀਗੇ ਇੱਥੇ ਬੈਠਿਆਂ ਨੂੰ ਦਿੱਲੀ ਦੇ ਵਿੱਚ ਬੈਠਿਆਂ ਨੂੰ ਉਹਨਾਂ ਦੇ ਪਾਸ ਦੇਖਦੇ ਹਾਂ ਪੁਤਲਾ ਫੂਕਣ ਦੀਆਂ ਤਸਵੀਰਾਂ ਤੇ ਪੈਂਟਾਂ ਦੇ ਲੈਂਦੇ ਹਾਂ ਬਿਆਨ ਜੀ ਧੰਨਵਾਦ।